तरन तारण के सिविल हस्पताल उस वेले सनसनी फैल गई जदों एक नौजवान की लाश रुख के नाल लटकती पाई गई। दरअसल इस नौजवान वालों हस्पताल दे विच दरख्त दे नाल फाहा लैके अपनी जीवन लीला खत्म कर ली गई है। घटना का पता चलदे ही मौके दे उत्ते पुलिस प्रशासन भी पहुंचा, जिन्होंने मौके ते पहुंच के मृतक की लाश नूं पोस्टमार्टम दे लई भेज दिता ते अगली कार्रवाई शुरू कर दिती है। पुलिस प्रशासन का कहना है कि व्यक्ति नशे दा आदी सी, जो कि काफी समय तो ओएससी सेंटर तो दवाई खा रहा सी, पर अज उसने खुदकुशी कर ली है। थाने इनफॉर्मेशन मिली सानू हुण कि एक हस्पताल विच इक ना डेड बॉडी लमकी आ, आए हैं मौके ते ते जांच जारी आ, ते जांच आउंदे सामने पर गयो वी क्यों ये फाहा ने क्यों लिया वा, ਤੇ ਪੋਸਟਮਾਰਟਮ ਰਿਪੋਰਟ ਤੋਂ ਜਾਂ ਪਤਾ ਲੱਗੂਗਾ ਜਾਂ ਸਾਰੀ ਜਾਂਚ ਕਰਕੇ ਤੇ ਜਿਹਦੇ ਅਜੇ ਤਾਂ ਬੋਡੀ ਤਾਰੀ ਆ ਜੇ ਕੁਛ ਪਤਾ ਲੱਗਾ ਕੌਣ ਸੀ ਜਾਂ ਕਿੱਦਾਂ ਅਜੇ ਕੁਛ ਨਹੀਂ ਪਤਾ ਲੱਗਾ ਜੇ ਅਸੀਂ ਹੁਣ ਟੈਸਟ ਵਗੈਰਾ ਦਾ ਦੇਖ ਰਹੇ ਹਾਂ ਤਸਦੀਕ ਕਢਾਉਣੇ ਇੱਥੋਂ ਕਿ ਨਸ਼ੇ ਦੇ ਇੱਥੇ ਗੋਲੀਆਂ ਕਰੀਆਂ ਲੈਂਦਾ ਸੀ ਉੱਥੇ ਡਰੈਸ ਦਾ ਲੱਭਣਾ ਵਾ ਸ਼ਾਇਦ ਲੱਭਦਾ ਕੀ ਆ ਬੋਡੀ ਤੋਂ ਕੀ ਬੋਡੀ ਤੋਂ ਇੱਥੇ ਡਾਕਟਰ ਕੁਝ ਕਹਿਣ ਦੇ ਮੁਤਾਬਕ ਸੁਣਨ ਦੇ ਮੁਤਾਬਕ ਵੀ ਇੱਥੋਂ ਗੋਲੀ ਲੈਂਦਾ ਨਸ਼ੇ ਵਾਲੀ ਇੱਥੋਂ ਆਪਣੇ ਹਸਪਤਾਲੋਂ ਅਤੇ ਬਾਕੀ ਅੱਗੇ ਜਾਂਚ ਸਾਹਮਣੇ ਸਭ ਕੁਝ ਆ ਜਾਣਾ ਪੋਸਟਮਾਰਟਮ ਰਿਪੋਰਟ ਸਭ ਕੁਝ ਆ ਜਾਣਾ। ਕੀ ਦੇਖੀ ਕਿੰਨੇ ਕਿੱਦਾਂ ਪਤਾ ਲੱਗਾ? ਇਹ ਡਾਕਟਰਾਂ ਨੇ ਦੇਖਿਆ ਜੀ, ਹੁਣ ਸਵੇਰੇ ਕਹਿੰਦੇ ਪਹਿਲਾਂ ਕੁਰਸੀ 'ਤੇ ਬੈਠਾ ਸੀ 8-9 ਵਜੇ, ਉੱਥੇ ਹੀ ਕੁਰਸੀ ਪਈ ਲੱਗੇ ਕ ਅੱਛਾ, ਅਤੇ ਬਾਅਦ 'ਚ ਫਾ ਲਿਆ ਇਹਨੇ, 2 ਘੰਟੇ ਹੋਏ ਕਹਿੰਦੇ ਫਾ ਲਏ, ਅਤੇ ਬਾਅਦ 'ਚ ਉਹਨਾਂ ਨੇ ਬਾਰੀ ਥਾਣੀ ਇੱਕ ਮੈਡਮ ਨੇ ਵੇਖਿਆ ਵੀ ਆ ਕਿ ਉਹਨਾਂ SMO ਸਾਹਿਬ ਦੱਸਿਆ, ਫਿਰ ਸਾਨੂੰ ਇਨਫੋਰਮੇਸ਼ਨ ਭੇਜਦੇ ਸੀ ਪਹਿਲਾਂ ਕੁਰਸੀ 'ਤੇ ਬੈਠਾ ਹੈ, ਪਹਿਲਾਂ ਉਹਨਾਂ ਦੱਸਣ ਮੁਤਾਬਕ ਕਹਿੰਦੇ ਵੀ ਸਵੇਰੇ ਕੁਰਸੀ 'ਤੇ ਬੈਠਾ ਹੈ। ਅੱਛਾ, ਅਤੇ ਬਾਅਦ 'ਚ ਫਾ ਲਿਆ? ਬਾਅਦ 'ਚ ਫਾ ਲਿਆ ਕਹਿੰਦੇ। ਇੱਕ ਘੰਟਾ ਕੁ ਪਹਿਲਾਂ ਇੱਕ ਮੇਰਾ ਸਟਾਫ ਮੈਂਬਰ ਦੌੜਿਆ ਵੀ ਇੱਧਰ ਸਰ ਪਿਛਲੇ ਪਾਸੇ ਦਰਖਤ ਦੇ ਨਾਲ ਇੱਕ ਬੋਡੀ ਜਿਹੜੀ ਆ ਉਹ ਲਟਕ ਰਹੀ ਆ, ਐਂਡ ਉਹ ਮੈਂ ਦੈਨ ਆਈ ਰਸ਼ ਟੂ ਦੈਟ ਪਲੇਸ। ਸਾਡਾ ਇੱਕ ਡੈਕ ਦੇ ਪਿਛਲੇ ਪਾਸੇ ਇੱਕ ਥੋੜ੍ਹਾ ਹਸਪਤਾਲ ਦਾ ਅਬੈਂਡਨਡ ਏਰੀਆ ਜਿੱਥੇ ਹਸਪਤਾਲ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਅਤੇ ਮਲਬਾ ਸੁੱਟਦੇ ਆ, ਉਸ ਪਾਸੇ ਕੋਈ ਜਾਂਦਾ ਆਉਂਦਾ ਨਹੀਂ ਗਾ ਨੋਰਮਲੀ। ਉੱਥੇ ਇਮੀਡੀਏਟਲੀ ਮੈਂ ਜਾ ਕੇ ਦੇਖਿਆ ਵੀ ਅਨਫੋਰਚੁਨੇਟਲੀ ਇੱਕ ਹਿਊਮਨ ਬੀਇੰਗ ਇੱਕ ਲਟਕ ਰਹੇ ਸੀਗੇ। ਦੈਨ ਆਈ ਕਾਲਡ ਮਾਈ ਅਦਰ ਕੁਲੀਗ, ਸਾਰਾ ਸਟਾਫ ਮੈਂਬਰ, ਸਿਵਲ ਸਰਜਨ ਮੈਡਮ ਨੂੰ ਬੁਲਾਇਆ, ਤੁਰੰਤ ਪੁਲਿਸ ਨੂੰ ਇਨਫੋਰਮ ਕੀਤਾ ਅਤੇ ਪੁਲਿਸ ਵੀ ਮੌਕੇ 'ਤੇ ਆ ਕੇ ਸਾਰਾ ਜੋ ਵੀ ਫੋਟੋ ਉਹਨਾਂ ਨੇ ਲਈਆਂ, ਅਤੇ ਮੇਰੇ ਸਟਾਫ ਮੈਂਬਰ ਨੇ ਥੋੜ੍ਹਾ ਇਨਵੈਸਟੀਗੇਟ ਕੀਤਾ ਵੀ ਉਹ ਸਾਡੇ OST ਜਿਹੜਾ ਨਸ਼ਾ ਛਡਾਊ ਕੇਂਦਰ ਹੈ ਉਹ ਪੇੜ ਸਬਜ਼ੀ ਤੋਂ, ਉੱਥੋਂ ਦਾ ਉਹ ਬਹੁਤ ਪੁਰਾਣਾ ਮਰੀਜ਼ ਆ, ਵੀ ਈਵਨ ਓਟ ਕਲੀਨਿਕ ਤੋਂ ਦਵਾਈ ਲੈਂਦੇ ਸੀ ਫਿਰ OST 'ਚ, ਜਿਹੜੇ ਕੁਛ ਨਸ਼ੇ ਦੇ ਆਦੀ ਨੇ ਨੌਜਵਾਨ ਇਹ ਸ਼ਿਫਟ ਕਰਦੇ ਰਹਿੰਦੇ ਆ, ਕਦੀ ਓਟ 'ਚੋਂ ਦਵਾਈ ਲੈਂਦੇ ਆ, ਕਦੀ OST ਤੋਂ, ਪਰ ਇਹ ਡਰੋਪ ਆਊਟ ਸੀਗਾ ਪਿਛਲੇ ਕੁਝ ਸਮੇਂ ਤੋਂ, ਸਾਰਾ ਰਿਕਾਰਡ ਕਢਵਾਇਆ, ਐਂਡ ਉਹ ਮੇ ਬੀ ਨਸ਼ੇ ਦੀ ਟੋਟ, ਕਈ ਵਾਰੀ ਇਹ ਦਵਾਈ ਖਾਣੀ ਸ਼ੁਰੂ ਕਰ ਦਿੰਦੇ ਆ ਵਿੱਚੋਂ, ਫਿਰ ਨਸ਼ਾ ਵੀ ਕਰੀ ਜਾਂਦੇ ਆ, ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਚੱਲਦੀਆਂ, ਅਤੇ ਨਸ਼ੇ ਦੀ ਟੋਟ ਕਰਕੇ ਜਾਂ ਡਿਊ ਟੂ ਸਮ ਅਦਰ ਰੀਜ਼ਨਸ ਇਹ ਅੰਡਰ ਡਿਪਰੈਸ਼ਨ ਹੋ ਜਾਂਦੇ ਪੇਸ਼ੈਂਟ। ਫਿਰ ਫਿਲਹਾਲ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਬਣਦੀ ਕਾਰਵਾਈ ਕੀਤੀ ਜਾਏਗੀ। ਤਰਨ ਤਾਰਨ ਤੋਂ ਅਮਨਦੀਪ ਮਨਚੰਦਾ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਹਰ ਖ਼ਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।